ਪਟਿਆਲਾ ਜ਼ਿਲ੍ਹੇ ਦੇ ਦਿਵਿਆਂਗਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਪਟਿਆਲਾ ਵਿੱਚ ਜ਼ਿਲ੍ਹਾ ਰੈੱਡ ਕਰਾਸ ਅਤੇ ਅੰਗਹੀਣ ਪੁਨਰਵਾਸ ਕੇਂਦਰ ਨੇ ਕੈਂਪ ਲਗਾ ਕੇ 1460 ਲੋਕਾਂ ਦੀ ਜਾਂਚ ਕੀਤੀ ਹੈ। ਜਿਨ੍ਹਾਂ ਵਿੱਚੋਂ 556 ਨੂੰ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਲੈਣ ਦੇ ਯੋਗ ਪਾਇਆ ਗਿਆ ਹੈ। ਇਹ ਜਾਂਚ ਡਾਕਟਰ ਅਸ਼ੋਕ ਸਾਹੂ, ਡਾਕਟਰ ਨਿਰੰਜਨ ਊਰਜਾ ਅਤੇ ਡਾਕਟਰ ਅਨਿਲ ਕੁਮਾਰ ਦੀ ਟੀਮ ਨੇ ਕੀਤੀ। ਪਟਿਆਲਾ ਜ਼ਿਲ੍ਹੇ ਵਿੱਚ 556 ਦਿਵਿਆਂਗਾਂ ਨੂੰ 50 ਲੱਖ ਰੁਪਏ ਦੇ ਨਕਲੀ ਅੰਗ ਦਿੱਤੇ ਜਾਣਗੇ। ਇਹ ਵੱਡਾ ਉਪਰਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਕੀਤਾ, ਜਿਸ ਦੇ ਤਹਿਤ ਦਿਵਿਆਂਗਾਂ ਨੂੰ ਨਕਲੀ ਹੱਥਾਂ ਪੈਰਾਂ ਤੋਂ ਲੈ ਕੇ ਵਿਸਾਖੀ, ਮੋਟਰ ਵਾਲੀ ਟ੍ਰਾਈਸਾਈਕਲ, ਵੀਲਚੇਅਰ, ਸੁਣਨ ਵਾਲੀ ਮਸ਼ੀਨ, ਨੇਤਰਹੀਣਾਂ ਨੂੰ ਸਮਾਰਟਫੋਨ, ਆਧੁਨਿਕ ਸੈਂਸਰ ਵਾਲੀ ਸਟਿੱਕ ਅਤੇ ਮੰਦਬੁੱਧੀ ਬੱਚਿਆਂ ਲਈ MR ਕਿੱਟਾਂ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਮੁੜ ਸੇਵਾ ਕੇਂਦਰ ਦੇ ਪ੍ਰਧਾਨ ਡਾਕਟਰ ਪ੍ਰਿਤਪਾਲ ਸਿੰਧੂ ਨੇ U24 ਲਾਈਵ ਦੀ ਟੀਮ ਦੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜਿਹੜਾ ਅੱਜ ਦਾ ਇਹ ਕੈਂਪ ਹੈਗਾ, ਇਹ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਇੱਕ ਨਵਾਂ ਜਿਹੜਾ ਇਹਨਾਂ ਦਾ ਹੈੱਡ ਆਫਿਸ ਆ, ਪਾਈਪਲਾਈਨ ਹੈਗੀ ਹੈ ਪਾਣੀਪਤ ਟੂ ਜਲੰਧਰ, ਉਹਨਾਂ ਵੱਲੋਂ ਸਪੋਂਸਰ ਪ੍ਰੋਗਰਾਮ ਹੈ। ਇਹਦੇ ਵਿੱਚ ਰੈੱਡ ਕਰਾਸ ਪਟਿਆਲਾ ਵੱਲੋਂ ਜਿਹੜਾ ਹੈਗਾ ਅੰਡਰ ਦਾ ਗਾਈਡੈਂਸ ਆਫ ਡਿਪਟੀ ਕਮਿਸ਼ਨਰ ਪਟਿਆਲਾ ਇਹ ਕੈਂਪ ਲਗਾਏ ਗਏ ਹੈ, ਜਿਹਦੇ ਵਿੱਚ ਇਹ ਅੱਜ ਦਾ ਦਿਨ ਹੈਗਾ ਚੌਥਾ ਕੈਂਪ ਹੈ। ਇਸ ਤੋਂ ਪਹਿਲਾਂ ਸਮਾਣਾ, ਪਾਤੜਾ, ਨਾਭਾ ਕੈਂਪ ਲਗਾ ਚੁੱਕੇ ਹਾਂ ਅਸੀਂ, ਅਤੇ ਕੱਲ੍ਹ ਤੱਕ ਅਸੀਂ ਜਿਹੜੇ ਹੈਗੇ 435 ਜਿਹੜੇ ਲੋਕ ਹੈਗੇ ਹੈ ਉਹਨਾਂ ਨੂੰ ਰਜਿਸਟਰਡ ਕੀਤਾ ਹੈਗਾ, ਜਿਨ੍ਹਾਂ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਜਿਹੜੇ ਹੈਗੇ ਹੈ ਅਲਿਮਕੋ ਕਾਨਪੁਰ ਦੇ ਸਹਿਯੋਗ ਦੇ ਨਾਲ ਅਤੇ ਰੈੱਡ ਕਰਾਸ ਪਟਿਆਲਾ ਦੇ ਸਹਿਯੋਗ ਦੇ ਨਾਲ ਨਕਲੀ ਅੰਗ, ਟ੍ਰਾਈਸਾਈਕਲ, ਵੀਲਚੇਅਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਕੇਨ, ਸਮਾਰਟਫੋਨ ਆਦਿ ਜਿਹੜੇ ਹੈਗੇ ਸਮਾਨ ਹੈਗਾ ਦਿੱਤਾ ਜਾਏਗਾ। ਇਹ ਆਪਣੀ ਕਿਸਮ ਦਾ ਜਿਹੜਾ ਕੈਂਪ ਹੈਗਾ ਪਹਿਲੀ ਵਾਰ ਲੱਗਿਆ ਪੰਜਾਬ ਦੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ, ਜਿਹਦਾ ਬਜਟ ਹੈਗਾ ਅਪਰੋਕਸੀਮੇਟਲੀ 50 ਲੱਖ। ਲੇਕਿਨ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਅਸੀਂ ਕੱਲ੍ਹ ਹੀ ਜਿਹੜਾ ਹੈਗਾ 50 ਲੱਖ ਦਾ ਟਾਰਗੇਟ ਜਿਹਾ ਹੈਗਾ ਅਚੀਵ ਕਰ ਚੁੱਕੇ ਹਾਂ। ਅਤੇ ਉਮੀਦ ਹੈ ਵੀ ਜਿਹੜਾ ਅੱਜ ਦਾ ਜਿਹੜਾ ਕੈਂਪ ਚੱਲ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਹੋਰ ਸਾਡੇ ਕੋਲ ਤਕਰੀਬਨ 15 ਤੋਂ 20 ਲੱਖ ਰੁਪਏ ਦਾ ਸਮਾਨ ਦੇ ਜਿਹੜਾ ਹੈਗਾ ਸਾਨੂੰ ਦੇਣ ਦੀ ਜ਼ਰੂਰਤ ਪਏਗੀ। ਲੇਕਿਨ ਜਿਸ ਤਰ੍ਹਾਂ DC ਵੱਲੋਂ ਹਦਾਇਤਾਂ ਹੈਗੀਆਂ ਪਟਿਆਲੇ ਜ਼ਿਲ੍ਹੇ ਦਾ ਕੋਈ ਵੀ ਵਿਕਲਾਂਗ ਜਿਹੜਾ ਹੈਗਾ ਜਾਂ ਦਿਵਿਆਂਗਜਨ ਹੈਗਾ ਉਹ ਰਹਿਣਾ ਨਹੀਂ ਚਾਹੀਦਾ, ਅਤੇ ਕੋਸ਼ਿਸ਼ ਇਹ ਰਹੇਗੀ ਵੀ ਸਾਰਿਆਂ ਨੂੰ ਹੈਗਾ ਬੰਦਾ ਸਮਾਨ ਜਿਹੜਾ ਹੈਗਾ ਜੋ ਵੀ ਜ਼ਰੂਰਤ ਹੈ ਆਉਣ ਵਾਲੇ ਮਹੀਨੇ ਦੇ ਵਿੱਚ ਅਪਰੋਕਸੀਮੇਟਲੀ ਫਰਵਰੀ ਦੇ ਵਿੱਚ ਅਸੀਂ ਇਹ ਸਮਾਨ ਜਿਹੜਾ ਪਟਿਆਲੇ ਡਿਸਟ੍ਰੀਬਿਊਟ ਕਰਾਂਗੇ।